ਸਾਡੀ ਪੰਜਾਬ ਦੀ ਇਰੀਗੇਸ਼ਨ ਟੀਮ ਸਾਡੇ ਮਿਨਿਸਟਰ ਦੀ ਲੀਡਰਸ਼ਿਪ ਅਧੀਨ ਸੁਖ ਸਰਕਾਰੀਆ ਜੀ ਦੇ ਔਰ ਚੀਫ ਸੈਕਟਰੀ ਸਾਹਿਬ ਅੱਜ ਕਸ਼ਮੀਰ ਗਏ ਨੇ ਔਰ ਅੱਜ ਸਵੇਰੇ ਉਹਨਾਂ ਦੀ ਮੁਲਾਕਾਤ ਕਸ਼ਮੀਰ ਸਰਕਾਰ ਦੇ ਨਾਲ ਹੋਈ ਹੈ ਔਰ ਫੈਸਲਾ ਸਾਡਾ ਹੋ ਚੁੱਕਿਆ ਉਹਨਾਂ ਦੇ ਨਾਲ ਸ਼ਾਹਪੁਰ ਕੰਡੀ ਦੇ ਬਾਰੇ। ਉਹਦੇ ਰਾਹੀਂ ਸਾਨੂੰ 37,000 ਹੈਕਟਰ ਪਾਣੀ ਮਿਲੂਗਾ 37,000 ਹੈਕਟਰ ਦੀ ਸਿੰਜਾਈ ਵਾਸਤੇ ਔਰ ਨਾਲੇ 207 ਮੈਗਾਵਾਟ ਹਾਈਡਲ ਪਾਵਰ ਵੀ ਸਾਨੂੰ ਮਿਲੇਗਾ। ਇਹਦਾ ਫਾਇਦਾ ਤਾਂ ਹੋਣਾ ਹੀ ਹੈ ਦੋਨੋਂ ਪਾਸਿਓਂ। ਇੱਕ ਤਾਂ ਜਿਹੜੀ ਬਿਜਲੀ ਦੀ ਕੁਝ ਘਾਟ ਹੈ ਉਹ ਪੂਰੀ ਹੋ ਜਾਏਗੀ, ਨਾਲੇ 37,000 ਹੈਕਟਰ ਜੋ ਤਕਰੀਬਨ 90,000 ਏਕੜ ਹੈ ਉਹਨਾਂ ਪਾਣੀ ਵਾਸਤੇ ਜ਼ਮੀਨ ਵਾਸਤੇ ਸਾਨੂੰ ਪਾਣੀ ਮਿਲੇਗਾ ਇਸ ਸਕੀਮ ਦੇ ਰਾਹੀਂ।